ਆਹ ਸਾਹਮਣੇ ਅਜੇ ਅੱਜ ਮਾਲ ਪਟਾਈ ਹੋਇਆ ਤੇ ਅੱਜ ਹੀ ਮਾਲ ਭਰਾਈ ਹੋ ਗਿਆ ਬਿਲਕੁਲ ਤਾਜ਼ਾ ਜਿਹੜਾ ਮੰਡੀ ਤੇ ਜਾਣਾ ਹੈ ਉਹ 10 ਦਿਨ 20 ਦਿਨ ਪੁਰਾਣਾ ਵੀ ਹੁੰਦਾ ਉਹ ਜਿਹੜੇ 10 ਦਿਨ 20 ਦਿਨ ਬੋਰੀ ਦੇ ਵਿੱਚ ਮਾਲ ਪਿਆ ਰਹਿੰਦਾ ਨਾ ਉਹ ਤੋਂ ਸੇਕਾ ਮਾਰ ਜਾਂਦਾ ਫਾਰਮਾਂ ਵਾਸਤੇ ਇਹ ਹੀ ਆਫਰ ਹੈ ਹੁਣ ਜਿਹੜਾ ਨਾ ਅਗਰ ਕੋਈ ਗਰੋਥ ਕਰਨ ਵਾਲੀ ਚੀਜ਼ ਹੈ ਨਾ ਸਭ ਤੋਂ ਬੈਸਟ ਹੈ ਆਲੂ ਅੱਗੇ ਮਰਜ਼ੀ ਕਰਨੀ ਆ ਰਹੇ ਕਿ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਆਲੂ ਹੀ ਪਾਏ ਬਿਲਕੁਲ ਕੋਈ ਬੰਦੇ ਜਿਹੜੇ ਨੇ ਆਪਣਾ ਵੰਡਾ ਤਿਆਰ ਕਰਕੇ ਪਾ ਰਹੇ ਨੇ ਕੋਈ ਨਾ ਪੈਂਦਾ ਆਪਣਾ ਸੈਲਰੀ ਤਿਆਰ ਕਰਕੇ ਪਾ ਰਹੇ ਨੇ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨਾਲ ਇੱਕ 10 ਡੰਗਰ ਬੰਨ ਲੈਣ ਉਹਨਾਂ 5 ਡੰਗਰਾਂ ਨੂੰ ਆਲੂ ਪਾ ਲੈਣ ਤੇ 5 ਡੰਗਰਾਂ ਨੂੰ ਆਪਦੀ ਮੁਤਾਬਕ ਦਾ ਵੰਡਾ ਸੈਲਰੀ ਪਾ ਲੈਣ ਜਾਂ ਵੰਡਾ ਪਾ ਲੈਣ ਸੈਲਰੀ ਪਾ ਲੈਣ ਵੰਡਾ ਪਾ ਲੈਣ ਲੇਕਿਨ ਤੁਹਾਨੂੰ ਨਜ਼ਰ ਆਏ ਦੀ ਗਰੋਥ ਕਿਹੜੀ ਚੀਜ਼ ਅਸਲਾਮ ਅਲੈਕਮ ਵਾਲੇਕਮ ਸਲਾਮ ਵੀਰ ਦਾ ਕੀ ਨਾਮ ਹੈ ਅਰਫਾਨ ਜੀ ਅਰਫਾਨ ਭਾਈ ਆਪਣਾ ਇਲਾਕਾ ਕਿਹੜਾ ਹੈ ਜ਼ਿਲ੍ਹਾ ਉਕਾੜਾ ਤਹਿਸੀਲ ਦਪਾਲਪੁਰ ਡਾਕਖਾਨਾ ਰਾਜੋਆ ਚੌਕ ਦੋੜੀ ਬਲੋਚਾਂ ਦੀ ਪਿੰਡ ਹੈ ਮੇਰਾ ਸਭ ਤੋਂ ਪਹਿਲੇ ਮੋਬਾਈਲ ਨੰਬਰ 0301 ਜੀ 98252 228 0301 98252 ਵਟਸਐਪ ਵੀ ਇਹ ਹੈ ਹਾਂਜੀ ਕਾਲ ਵਾਲਾ ਵੀ ਇਹ ਹੈ ਕਾਲ ਵਾਲਾ ਵੀ ਇਹ ਅੱਛਾ ਬਾਈਆਂ ਵਾਸਤੇ ਗੋਲੀ ਆਲੂ ਆਫਰ ਕਰਾ ਰਹੇ ਦੇ ਜੀ ਜੀ ਗੋਲੀ ਆਲੂ ਦਾ ਕੀ ਰੇਟ ਹੈ 8 ਰੁਪਏ ਕਿਲੋ ਜੀ 8 ਰੁਪਏ ਕਿਲੋ ਹਾਂਜੀ ਡਿਲੀਵਰੀ ਕਿੰਨਾ ਤੱਕ ਡਿਲੀਵਰੀ ਕੋਈ ਨਹੀਂ ਹੈ ਡਿਲੀਵਰੀ ਉਹਨਾਂ ਦੀ ਹੈ ਭਾਵੇਂ ਕਰਾਚੀ ਲਾਇਆ ਜਾ ਡਿਲੀਵਰੀ ਡਿਲੀਵਰੀ ਅਗਰ ਕਰਾਚੀ ਤੱਕ ਵੀ ਲਵਣਗੇ ਉਹਨਾਂ ਦੀ ਹੈ ਹਾਂਜੀ ਉਹਨਾਂ ਦੀ ਹੈ ਆਪਾਂ ਇੱਥੋਂ ਲੋਡ ਕਰਕੇ ਦੇਵਾਂਗੇ ਲੋਡਿੰਗ ਦਾ ਖਰਚਾ ਬਾਰਦਾਨੇ ਦਾ ਖਰਚਾ ਉਹ ਮੇਰਾ ਹੋਏਗਾ ਮਤਲਬ ਅਗਰ 8 ਰੁਪਏ ਤੁਸੀਂ ਆਲੂ ਦੇ ਰਹੇ ਦੇ ਉਹਦੇ 'ਚ ਬਾਰਦਾਨੇ ਦਾ ਲੋਡਿੰਗ ਦਾ ਸਾਰਾ ਟੋਟਲ ਖਰਚਾ ਤੁਹਾਡਾ ਮੇਰਾ ਹੋਏਗਾ ਉਹਦੇ 'ਚ ਕੋਈ ਕਮਿਸ਼ਨ ਹੈਗਾ ਤੁਹਾਡਾ ਕੋਈ ਨਹੀਂ ਨਹੀਂ ਜੀ ਕੋਈ ਕਮਿਸ਼ਨ ਨਹੀਂ ਕੋਈ ਕਮਿਸ਼ਨ ਨਹੀਂ ਨਹੀਂ ਜੀ ਗੋਲੀ ਆਲੂ ਦਾ ਕੀ ਸਾਈਜ਼ ਹੋਵੇਗਾ ਕਿੰਨੇ ਗ੍ਰਾਮ ਦੀ ਹੋਵੇਗੀ ਇਹ 30 ਗ੍ਰਾਮ ਤੋਂ ਲੈ ਕੇ ਤੇ 150 ਗ੍ਰਾਮ 60 ਗ੍ਰਾਮ ਤੱਕ 70 ਗ੍ਰਾਮ ਤੱਕ ਹੋਵੇਗੀ 30 40 50 60 70 ਐਡੀ ਮੋਟੀ ਹੋਵੇਗੀ ਤੋੜੇ ਵਿੱਚ ਕਿੰਨਾ ਆਲੂ ਹੁੰਦਾ ਹੈ 60 ਕਿਲੋ 60 ਕਿਲੋ ਤੇ ਬੋਰੀ ਵਿੱਚ 120 ਕਿਲੋ ਬੜੀ ਤੇਜ਼ੀ ਨਾਲ ਬੋਲ ਰਹੇ ਆ ਬੜੀ ਪ੍ਰੈਕਟਿਸ ਹੈਗੀ ਤੇਰੀ 60 ਕਿਲੋ ਦੇ ਵਿੱਚ ਮਿੱਟੀ ਕਿੰਨੀ ਹੋਵੇਗੀ ਮਿੱਟੀ 60 ਕਿਲੋ ਦੇ ਵਿੱਚ ਪਾਈਆ ਵੀ ਨਿਕਲ ਜਾਵੇ ਤੇ ਆਪਾਂ ਉਹਦਾ ਜੁਰਮਾਨਾ ਦੇਵਾਂਗੇ ਉਹਦੀ ਰੀਜ਼ਨ ਭਾਈ ਜੀ ਆਪਾਂ ਜਾਲੀ ਲਾਈ ਦੀ ਆ ਤੁਹਾਡੇ ਸਾਹਮਣੇ ਪਈ ਹੈ ਬਿਲਕੁਲ ਨਿੱਕੇ ਨਿੱਕੇ ਸਰਾਖ ਨੇ ਐਵੇਂ ਸਮਰ ਵੀ ਜਿਵੇਂ ਛਾਲਣੇ ਚ ਪੈਕ ਹੋ ਰਹੀ ਹੈ ਬਿਲਕੁਲ ਮਿੱਟੀ ਨਿਕਲ ਜਾਏਗੀ ਮਿੱਟੀ ਨਿਕਲ ਜਾਏਗੀ ਇਹ ਇਹਦੇ ਹੋ ਗਿਆ ਮਤਲਬ ਕਿ ਜ਼ਿਮੀਦਾਰਾਂ ਕੋਲ ਲੈ ਕੇ ਜੀ ਪਲਾਂਟ ਪਾਸ ਆਲੂ ਦਾ ਕੀ ਰੇਟ ਹੈ ਪਲਾਂਟ ਪਾਸ ਦਾ ਆਲੂ ਦਾ ਰੇਟ ਅੱਜ ਚੱਲ ਰਿਹਾ 2500 ਰੁਪਇਆ ਬੋਰੀ ਦਾ 2500 ਰੁਪਇਆ ਹਾਂਜੀ ਉਹਦੇ ਚ ਬਾਰਦਾਨਾ ਤੇ ਜਿਹੜਾ ਲੋਡਿੰਗ ਵਾਲੀ ਲੇਬਰ ਉਹ ਹੋਏ ਦੀ ਜਿਹੜਾ ਮਾਲ ਖਰੀਦੇ ਦਾ ਅਗਰ 8 ਰੁਪਏ ਤੁਹਾਡੇ ਕੋਲ ਬਾਈ ਲੈ ਕੇ ਜਾਂਦਾ ਹਾਂਜੀ ਉਹਦੇ ਵਾਸਤੇ ਅਗਰ ਉਹ 100 ਬੋਰੀ ਜਾਂ 200 ਬੋਰੀ ਜਾਂ ਤੋੜਾ ਖਰੀਦਾ ਉਹਦਾ ਕਿੰਨਾ ਬਿਆਨਾ ਤੁਹਾਨੂੰ ਭੇਜੇ ਪਹਿਲੀ ਗੱਲ ਤੇ 100 ਬੋਰੀ ਜਾਂ 200 ਬੋਰੀ ਅਗਰ ਕੋਈ ਲੈਣਾ 100 ਤੋੜਾ ਜਿਹੜਾ ਅਗਰ ਕੋਈ ਲੈਣਾ ਚਾਹੁੰਦਾ 100 ਜਾਂ 50 ਤੋੜਾ ਉਹ ਜੰਟ ਆ ਜਾਵੇ ਮਾਲ ਮਿਲ ਜਾਏਗਾ ਬਗੈਰ ਬਿਆਨੇ ਤੋਂ ਅਗਰ ਕਿਸੇ ਨੇ 100 ਬੋਰੀ ਲੈਣੀ 200 ਬੋਰੀ ਲੈਣੀ ਹੈ ਉਹ ਗੱਡੀ ਦੇ ਹਿਸਾਬ ਨਾਲ ਛੋਟੀ ਗੱਡੀ ਕਰਾਵੇ ਤਾਂ ਉਹਦਾ 5000 ਜੇ ਵੱਡੀ ਕਰਾਵੇ ਤਾਂ ਉਹਦਾ 10000 ਰੁਪਏ ਬਿਆਨਾ ਹੈ 2 ਦਿਨ ਬਾਅਦ ਉਹਨਾਂ ਨੂੰ ਮਾਲ ਮਿਲ ਜਾਏਗਾ ਯਾਨੀ ਕਿ ਅੱਜ ਅਗਰ ਟੋਕਨ ਕਰਾਉਂਦਾ ਹੈ ਟੋਕਨ ਵਾਈਜ਼ ਜਾਂ ਨੰਬਰ ਵਾਈਜ਼ ਨੰਬਰ ਵਾਈਜ਼ ਉਹਨਾਂ ਦੀ ਵਾਰੀ ਹੋਏ ਨੰਬਰ ਵਾਈਜ਼ ਜਿਵੇਂ ਤਰਤੀਬ ਨਾਲ ਆਈ 2 ਦਿਨ ਬਾਅਦ ਉਹਨਾਂ ਮਾਲ ਉਹਨਾਂ ਤੱਕ ਪਹੁੰਚ ਜਾਏਗਾ ਫਿਰ ਇਹਦੀ ਗਰੰਟੀ ਹੈਗੀ ਕਿ ਇਹ ਕੋ ਵਾਧਾ ਘਟਾ ਮਤਲਬ ਟੁੱਕਿਆ ਹੁੰਦਾ ਜਾਂ ਖਰਾਬ ਆਲੂ ਚਲਾ ਜਾਂਦਾ ਹੈ ਇਹ ਟੁੱਕਿਆ ਜਿਹੜਾ ਉਹ ਇੱਥੇ ਜ਼ਮੀਨ 'ਚ ਹੀ ਰਹਿ ਜਾਂਦਾ ਆਪਾਂ ਮੰਡੀ ਤੇ ਕੰਮ ਨਹੀਂ ਕਰਦੇ ਆਪਾਂ ਜ਼ਿਮੀਂਦਾਰਾਂ ਕੋਲ ਲੈ ਕੇ ਤੇ ਮਾਲ ਦੇ ਰਹੇ ਆ ਫਾਰਮਾਂ ਤੇ ਉਹਦੀ ਵਜ੍ਹਾ ਉਹਦੀ ਇਹ ਹੀ ਉਹਦੇ ਵਾਸਤੇ ਸਹੂਲਤ ਇਹ ਵੀ ਇੱਥੇ ਟੁੱਕਿਆ ਖਰਾਬ ਆਲੂ ਮਿੱਟੀ ਸਾਫ ਸੁਥਰਾ ਆਲੂ ਪੈਕ ਹੋਵੇ ਜ਼ਿਮੀਂਦਾਰਾਂ ਕੋਲ ਲੈ ਕੇ ਤੇ ਆਹ ਪੈਕ ਕਰੀਏ ਜਿਹੜਾ ਮੰਡੀ ਤੇ ਉਹ ਸਮਝੋ ਵੀ ਇੱਕ ਅੰਨਾ ਸੌਦਾ ਹੈ ਉਹਦੇ 'ਚ ਬੋਰੀਆਂ ਜਾਂਦੀਆਂ ਨੇ ਬੰਦਿਆਂ ਦੇ ਨੇ ਸਾਨੂੰ ਉੱਥੋਂ ਬੋਰੀ ਮਿਲ ਗਈ ਸੀ 900 ਦੀ ਉਹਦੇ 'ਚ ਵਜ਼ਨ ਹੀ 100 ਕਿਲੋ ਹੁੰਦਾ 100 ਕਿਲੋ ਦੇ ਵਿੱਚ 8 ਕਿਲੋ ਮਿੱਟੀ ਨਿਕਲਦੀ ਹੈ ਬੋਰੀ ਦੇ ਵਿੱਚ ਮਿੱਟੀ ਨਹੀਂ ਇੱਕ ਚੂੰਡੀ ਵੀ ਨਹੀਂ ਬਾਹਰ ਨਿਕਲਦੀ ਫਿਰ ਉਹਨਾਂ ਨੂੰ ਪਤਾ ਮੰਡੀ ਤੇ ਜਾਣਾ ਵੱਡਿਆ ਟੁੱਕਿਆ ਜਿਹਾ ਹੈਗਾ ਭਰ ਦਿਓ ਬਸ ਠੀਕ ਹੈ ਆਪੇ ਪੈਸੇ ਵੱਟੇ ਜਾਂਦੇ ਨੇ ਉੱਥੇ ਜ਼ਿਮੀਂਦਾਰ ਨੂੰ 500 600 ਜਾਂ 700 800 ਵੀ ਲੱਭ ਕੇ ਲਾਉਂਦਾ ਜਾਂ ਠੀਕ ਹੈ ਬੈਨੀਫਿਟ ਉੱਥੇ ਮਿਲਦਾ ਹੈ ਲੇਕਿਨ ਉਹਦੇ ਨਾਲ ਬਿਹਤਰ ਹੈ ਕਿ ਇੱਥੋਂ ਜ਼ਿਮੀਂਦਾਰ ਗੁਜ਼ਰਾਤ ਕੋ ਲਵਣ ਇੱਥੇ ਹੁਣ ਆਹ ਸਾਹਮਣੇ ਅਜੇ ਅੱਜ ਮਾਲ ਪਟਾਈ ਹੋਇਆ ਤੇ ਅੱਜ ਹੀ ਮਾਲ ਭਰਾਈ ਹੋ ਗਿਆ ਬਿਲਕੁਲ ਤਾਜ਼ਾ ਜਿਹੜਾ ਮੰਡੀ ਤੇ ਜਾਣਾ ਹੈ ਉਹ 10 ਦਿਨ 20 ਦਿਨ ਪੁਰਾਣਾ ਵੀ ਹੁੰਦਾ ਉਹ ਜਿਹੜੇ 10 ਦਿਨ 20 ਦਿਨ ਬੋਰੀ ਦੇ ਵਿੱਚ ਮਾਲ ਪਿਆ ਰਹਿੰਦਾ ਨਾ ਤੂੰ ਸੇਕਾ ਮਾਰ ਜਾਂਦਾ ਫਿਰ ਇਹਦਾ ਇਹ ਕਿ ਜਾਲੀ ਦੇ ਵਿੱਚ ਮਾਲ ਸੇਕਾ ਨਹੀਂ ਮਾਰੇਦਾ ਭਾਵੇਂ 3 ਮਹੀਨੇ ਪਿਆ ਰਹੇ ਤਾਜ਼ਾ ਮਾਲ ਹੋ ਗਿਆ ਤਾਜ਼ਾ ਮਾਲ 10 ਦਿਨ 15 ਦਿਨ 20 ਦਿਨ ਸਟਾਕ ਵੀ ਹੋ ਸਕਦਾ ਸਟਾਕ ਵੀ ਹੋ ਸਕਦਾ ਉਹ ਮਜ਼ੀਦ 10 20 ਦਿਨ ਅੱਗੇ ਚਲਾ ਜਾਂਦਾ ਨਾ ਜਦੋਂ 10 20 ਦਿਨ ਪਿੱਛੇ ਮੰਡੀ ਤੋਂ ਮਾਲ ਪਿਆ ਚੁੱਕਿਆ ਹੈ ਅਗਰ ਤੁਹਾਡੇ ਕੋਲ 2 ਮਹੀਨੇ ਪਿਆ ਰਿਹਾ ਉਹ ਤਕਰੀਬਨ 20 ਦਿਨ ਉਹ ਲਾ ਲਵੋ ਉਹ 2.5 ਮਹੀਨੇ ਦੇ ਉੱਤੇ ਚਲਾ ਜਾਂਦਾ ਵਾ ਕੰਮ ਫਾਰਮਰ ਹਜ਼ਰਾਤ ਵਾਸਤੇ ਕੀ ਆਫਰ ਹੈ ਭਾਈ ਜੀ ਫਾਰਮਾਂ ਵਾਸਤੇ
ਇਹੀ ਆਫਰ ਹੈ ਹੁਣ ਜਿਹੜਾ ਨਾ ਅਗਰ ਕੋਈ ਗਰੋਥ ਕਰਨ ਵਾਲੀ ਚੀਜ਼ ਹੈ ਨਾ ਸਭ ਤੋਂ ਬੈਸਟ ਹੈ ਆਲੂ ਅੱਗੇ ਮਰਜ਼ੀ ਕਰਨੀ ਆ ਰਹੇ ਕਿ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਆਲੂ ਹੀ ਪਾਏ ਬਿਲਕੁਲ ਕੋਈ ਬੰਦੇ ਜਿਹੜੇ ਨੇ ਆਪਣਾ ਵੰਡਾ ਤਿਆਰ ਕਰਕੇ ਪਾ ਰਹੇ ਨੇ ਕੋਈ ਨਾ ਪੈਂਦਾ ਆਪਣਾ ਸੈਲਰੀ ਤਿਆਰ ਕਰਕੇ ਪਾ ਰਹੇ ਨੇ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨਾਲ ਇੱਕ 10 ਡੰਗਰ ਬੰਨ ਲੈਣ 5 ਡੰਗਰਾਂ ਨੂੰ ਆਲੂ ਪਾ ਲੈਣ ਅਤੇ 5 ਡੰਗਰਾਂ ਨੂੰ ਆਪਦੀ ਮੁਤਾਬਕ ਦਾ ਵੰਡਾ ਪਾ ਲੈਣ ਸੈਲਰੀ ਪਾ ਲੈਣ ਵੰਡਾ ਪਾ ਲੈਣ ਲੇਕਿਨ ਤੁਹਾਨੂੰ ਨਜ਼ਰ ਆਏ ਦੀ ਗਰੋਥ ਕਿਹੜੀ ਚੀਜ਼ ਕਰ ਰਹੀ ਜ਼ਿਆਦਾ ਆਲਵਾਂ ਨਾਲ ਕੋਈ ਮਸਲਾ ਤਾਂ ਨਹੀਂ ਬਣਦਾ ਕੋਈ ਮਸਲਾ ਨਹੀਂ ਫਾਰਾ ਹੋ ਜਾਂਦਾ ਉਹਦਾ ਸੌਖਾ ਹੱਲ ਹੈ ਸਾਰਿਆਂ ਨਾਲ ਆਸਾਨ ਸੋਡੇ ਦੀ ਬੋਤਲ ਕੱਚ ਵਾਲੀ ਉਹਦੇ 'ਚ ਅੱਧਾ ਪਾਣੀ ਹੋਵੇ ਤਾਂ ਅੱਧਾ ਸਰਸੋਂ ਦਾ ਤੇਲ ਹੋਏ ਪੰਜਾਬੀ 'ਚ ਕਹਿੰਦੇ ਕੌੜਾ ਤੇਲ ਉਹ ਮਿਕਸ ਕਰਕੇ ਉਹਦੇ ਸੰਘ ਛੱਟੋ 5 ਮਿੰਟ 'ਚ ਫਾਰਾ ਖਤਮ ਹੋ ਜਾਂਦਾ ਅਗਰ ਖੁਦਾ ਨਾ ਖਾਸਾ ਬੰਦਾ ਮੌਜੂਦ ਕੋਲ ਨਹੀਂ ਨਾ ਹੋਵੇ ਜਦੋਂ ਜਿੰਨੀ ਦੇਰ ਆਲੂ ਪਾਉਣੇ ਨੇ ਮੌਜੂਦਾ ਬੰਦਾ ਉੱਥੇ ਕੋਲ ਹੋਵੇ ਜਿੰਨੀ ਦੇਰ ਆਲੂ ਖਤਮ ਨਹੀਂ ਹੁੰਦੇ 2-3 ਦਿਨ ਮੁਸ਼ਕਲ ਹੁੰਦੀ ਹੈ ਬਾਅਦ ਜਦੋਂ ਪਤਾ ਚੱਲ ਜਾਂਦਾ ਵੀ ਕਿਸੇ ਡੰਗਰ ਨੂੰ ਕੋਈ ਮਸਲਾ ਨਹੀਂ ਫਿਰ ਕੋਈ ਪਰੇਸ਼ਾਨੀ ਨਹੀਂ ਉਹਦੇ ਦੇ ਵਿੱਚ ਮਿੱਠਾ ਸੋਡਾ ਸੱਟੋ 200 ਗ੍ਰਾਮ 300 ਗ੍ਰਾਮ ਉਹਦੇ ਨਾਲ ਜਿਹੜਾ ਨਾ ਉਹ ਡਵਰਮਿੰਗ ਵਾਲਾ ਜਿਹੜਾ ਸੌਦਾ ਉਹ ਵੀ ਤੁਹਾਡਾ ਹੱਲ ਹੋ ਜਾਏ ਤਾਂ ਚਾਰਾ ਡੰਗਰ ਜ਼ਿਆਦਾ ਖਾਣ ਦੇ ਜ਼ਿਆਦਾ ਆਲੂ ਖਾਣ ਦੇ ਜ਼ਿਆਦਾ ਗਰੋਥ ਹੋਏਗੀ ਅਗਰ ਇੱਕ ਬੰਦਾ ਤੁਹਾਡੇ ਕੋਲੋਂ ਵੱਛਿਆਂ ਦੇ ਮਾਸ਼ਾਅੱਲਾ ਕਾਰੋਬਾਰ ਕਰ ਰਹੇ ਤੇ ਤੁਹਾਡੇ ਕੋਲੋਂ 40,000 ਜਾਂ 50,000 ਵੱਛਾ ਹਲ ਜਾਂਦਾ ਹੈ ਉਹ ਆਲੂ ਪਾਉਂਦਾ 2 ਮਹੀਨੇ ਉਹਨੂੰ ਕਿੰਨੀ ਕੁ ਬੱਚਤ ਹੋ ਜਾਏਗਾ ਆਲੂਆਂ ਦੇ ਬਿਜ਼ਨਸ ਨਾਲ 2 ਮਹੀਨੇ ਦਾ ਜਿਹੜਾ ਨਾ 2 ਮਹੀਨੇ ਦਾ ਟਾਈਮ ਘੱਟ ਹੈ ਅਗਰ ਕੋਈ ਆਲੂਆਂ 'ਤੇ ਰੱਖਣਾ ਚਾਹੁੰਦਾ ਤਾਂ ਘੱਟ ਤੋਂ ਘੱਟ 3 ਮਹੀਨੇ ਹੋਣੇ ਚਾਹੀਦੇ 3 ਮਹੀਨਿਆਂ ਦੇ ਵਿੱਚ ਆਲੂਆਂ ਦਾ ਤਿਆਰ ਕਰਨ ਜਿਲ੍ਹੇ ਉਹਨਾਂ ਵੇਖਣਾ ਵੀ ਅਸੀਂ ਹੁਣ ਸੇਲ ਕਰਨੇ ਨੇ ਉਨੀ ਦੇਰ ਆਲੂ ਨਹੀਂ ਛੱਡਣੇ ਚਾਹੀਦੇ ਜਿੰਨੀ ਦੇਰ ਸੇਲ ਨਾ ਹੋਣ ਆਲੂ ਪਾਉਂਦੇ ਰਹਿਣਾ ਚਾਹੀਦਾ ਆਲੂ ਸੈਕਿੰਡ ਟਾਈਮ ਤੂੜੀ ਪਾਓ ਫਸਟ ਟਾਈਮ ਆਲੂ ਗਰੋਥ ਅੱਲਾ ਦੇ ਕਰਮ ਨਾਲ ਜਿਹੜਾ ਨਾ ਸਾਹਾਂ ਦੀ ਗੱਲ ਹੈ ਜੇ ਅਗਰ ਸਾਹ ਨੇ ਤਾਂ ਗਰੋਥ ਵਾਲੀ ਕੋਈ ਪਰੇਸ਼ਾਨੀ ਨਹੀਂ 1400 ਗ੍ਰਾਮ 1300 ਗ੍ਰਾਮ ਗਰੋਥ ਕਰੇਗਾ ਇੱਕ ਜਾਨਵਰ ਇੱਕ ਦਿਨ ਦਾ ਯਾਨੀ ਕਿ 1.5 ਕਿਲੋ 1.25 ਕਿਲੋ ਤੱਕ ਇਹ ਡੇਲੀ ਦਾ ਵਜ਼ਨ ਗਰੋਥ ਕਰ ਸਕਦੇ ਨੇ ਇਨਸ਼ਾਅੱਲਾ ਜੀ ਕਰੇਗਾ ਅਗਰ ਇੱਕ ਬੰਦਾ ਤੁਹਾਡੇ ਕੋਲ ਲੈ ਕੇ ਜਾਂਦਾ ਹੈ ਜੀ ਘਰ ਪਹੁੰਚਣ ਤੱਕ ਤੁਹਾਡੀ ਗਰੰਟੀ ਹੋਵੇਗੀ ਹਾਂ ਇਨਸ਼ਾਅੱਲਾ ਘਰ ਪਹੁੰਚਣ ਤੱਕ ਗਰੰਟੀ ਸਾਡੀ ਹੋਵੇਗੀ ਗੱਡੀ ਨੂੰ ਕੋਈ ਰਸਤੇ 'ਤੇ ਗੱਡੀ ਵਾਲਾ ਕੋਈ ਡਰਾਮਾ ਕਰਦਾ ਉਹਦੀ ਵੀ ਜ਼ਿੰਮੇਦਾਰੀ ਲਾਂ ਦੇ ਜਿੰਨੀ ਦੇਰ ਗੱਡੀ ਘਰ ਨਾ ਪਹੁੰਚੇਗੀ ਆਪਾਂ ਉਨੀ ਦੇਰ ਤੱਕ ਜ਼ਿੰਮੇਦਾਰ ਆ ਜਿੰਨੀ ਤੱਕ ਮਾਲ ਲੈਂਦਾ ਨੇ ਅਗਰ ਤੁਹਾਡੇ ਕੋਲ 5,000 ਜਾਂ 10,000 ਬਿਆਨਾ ਆਉਂਦਾ ਹੈ ਤੁਸੀਂ ਉੱਥੇ ਜਾ ਕੇ ਪੇਮੈਂਟ ਲੈਂਦੇ ਦੇ ਜਾਂ ਐਡਵਾਂਸ ਪਹਿਲੇ ਪੇਮੈਂਟ ਲੈ ਲੈਂਦੇ ਜੀ ਐਡਵਾਂਸ ਆ ਜਾਂਦਾ ਪਹਿਲੇ 2 ਦਿਨ ਜਿਲ੍ਹੇ ਇਹ ਤੋਂ ਗੱਡੀ ਖਾਲੀ ਗੱਡੀ ਦਾ ਕੰਡਾ ਹੋ ਜਾਂਦਾ ਗੱਡੀ ਲੋਡ ਹੋ ਜਾਂਦੀ ਗੱਡੀ ਕੰਡੇ 'ਤੇ ਚਲੀ ਜਾਂਦੀ ਉਹਨਾਂ ਨੂੰ ਵਜ਼ਨ ਦੱਸ ਦਿੱਤੇ ਵੀ ਇੰਨਾ ਵਜ਼ਨ ਆਇਆ ਤੁਹਾਡਾ ਇੰਨੀ ਤੁਹਾਡੀ ਪੇਮੈਂਟ ਬਣੀ ਹੈ ਉਹ ਆਨਲਾਈਨ ਕਰਵਾਓ ਗੱਡੀ ਉਹਨਾਂ ਲਈ ਰਵਾਨਾ ਹੋ ਜਾਏਗੀ ਗੱਡੀ ਦੇ ਮਾਲ ਲੈਂਦਾ ਤੱਕ ਆਉਂਦੇ ਆਪਾਂ ਪੂਰੀ ਜ਼ਿੰਮੇਦਾਰੀ ਲਾਵਾਂ ਉਹ ਅਗਰ ਚਾਹਵਨ ਤੇ ਵੀਡੀਓ ਕਾਲ ਵੀ ਕਰ ਸਕਦੇ ਨੇ ਤਸਵੀਰਾਂ ਮੰਗਵਾ ਸਕਦੇ ਨੇ ਇੱਥੇ ਵੀ ਆਉਣਾ ਚਾਹੁੰਦੇ ਇੱਥੇ ਵਿਜ਼ਿਟ ਕਰ ਸਕਦੇ ਨੇ ਜਿਸ ਤਰ੍ਹਾਂ ਦੇ ਬੰਦੇ ਨੂੰ ਯਾਨੀ ਕਿ ਯਕੀਨ ਹੋਵੇ ਉਸੇ ਤਰ੍ਹਾਂ ਕਰ ਸਕਦੇ ਨੇ ਹਾਂਜੀ ਅਸੀਂ ਤਾਬੇਦਾਰ ਰਾਸ਼ਨ ਆਲੂ ਦਾ ਕੀ ਸੂਰਤ ਹਾਲ ਹੈ ਰਾਸ਼ਨ ਆਲੂ ਦਾ ਜਿਹੜਾ ਲਾਲ ਆਲੂ ਹੈ ਉਹਦਾ 24 ਰੁਪਏ ਕਿਲੋ ਹੈ ਰਾਸ਼ਨ ਦਾ ਫੁੱਲ ਰਾਸ਼ਨ ਦਾ 70 ਗ੍ਰਾਮ ਕੱਢ ਕੇ ਤੇ ਜਿਹੜਾ ਹੈਗਾ ਚਿੱਟਾ ਆਲੂ ਹੈ 17 ਰੁਪਏ ਕਿਲੋ ਹੈ 17 ਰੁਪਏ ਕਿਲੋ ਹਾਂਜੀ ਸਾਰਾ ਸਾਲ ਗੋਲੀ ਆਲੂ ਦੀ ਸਹੂਲਤ ਮੌਜੂਦ ਹੋਵੇਗੀ ਕਿ ਨਹੀਂ ਨਹੀਂ ਇਹ 4-5 ਮਹੀਨੇ ਤੱਕ ਉਸ ਤੋਂ ਬਾਅਦ ਮਿਲੇਗਾ ਆਲੂ ਮਿਲੇਗਾ ਲੇਕਿਨ ਮਹਿੰਗਾ ਮਿਲੇਗਾ ਮਹਿੰਗਾ ਮਿਲੇ ਹੁਣ ਰੇਟ ਕੰਮ ਨੇ ਫਿਰ 12-13 ਰੁਪਏ ਕਿਲੋ ਤੱਕ ਪਹੁੰਚ ਜਾਣ ਇਹ ਜਿਹੜਾ ਤੁਸੀਂ 8 ਰੁਪਏ ਰੇਟ ਦੱਸਿਆ ਇਹ ਅੱਜ ਦਾ ਕਿ ਡੇਲੀ ਬਾਈ ਡੇਲੀ ਤਬਦੀਲ ਹੁੰਦਾ ਜਾਂਦਾ ਇਹ 1 ਹਫ਼ਤੇ ਤੱਕ ਜਾਂ 2 ਹਫ਼ਤੇ ਤੱਕ ਇਹ ਰੇਟ ਰਹੇਗਾ ਜੇ ਅਗਰ ਮਜ਼ੀਦ ਘਟਿਆ ਤਾਂ ਆਪਾਂ ਘਟਾਵਾਂਗੇ ਜੇ ਵਧਿਆ ਤਾਂ ਵਧਾਵਾਂਗੇ ਕੀ ਸੂਰਤ ਹਾਲ ਤੁਹਾਨੂੰ ਨਜ਼ਰ ਆ ਰਹੀ ਹੈ ਸੂਰਤ ਹਾਲ ਮੇਰੇ ਵੇਖਣ 'ਚ ਤਾਂ ਰੇਟ ਮੁਸ਼ਕਲ ਘਟੇਗਾ ਕਿਉਂ ਦੀ ਵਜ੍ਹਾ ਹੈ ਕਿ ਵੀ ਹੁਣ ਅੱਜ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨਾ ਪਿੱਛੇ ਕੋਰੇ ਪਏ ਨੇ ਕੋਰਿਆਂ ਨਾਲ ਜਿਹੜੀਆਂ ਇਹਨਾਂ ਨੇ ਵੱਲਾਂ ਸੜ ਗਈਆਂ ਨੇ ਆਲੂਆਂ ਦੀ ਤਦਾਦ ਘੱਟ ਨਿਕਲਦੀ ਪਈ ਹੈ ਜਿੱਥੇ 100 ਬੋਰੀ ਨਿਕਲਦੀ ਸੀ ਉੱਥੇ 50 ਬੋਰੀ ਨਿਕਲਦੀ ਪਈ ਹੈ ਅਤੇ ਉਹ ਉਹਨਾਂ ਫਿਰ ਮਾਲ ਜਿੰਨਾ ਘੱਟ ਨਿਕਲਦਾ ਉਹਨਾਂ ਮਹਿੰਗਾ ਹੋ ਜਾਂਦਾ ਮਹਿੰਗਾ ਜ਼ਿਆਦਾ ਹੋ ਜਾਂਦਾ ਮਹਿੰਗਾ ਜ਼ਿਆਦਾ ਹੋ ਜਾਂਦਾ ਮਾਰਕੀਟ 'ਚ ਆਲੂ ਪੂਰਾ ਨਹੀਂ ਆਉਂਦਾ ਉਹ ਆਟੋਮੈਟਿਕ ਮਹਿੰਗਾ ਹੋ ਜਾਂਦਾ ਇਹ ਜਿਹੜੇ ਫਾਰਮਰ ਜ਼ਰਾਤ ਕੱਟੇ ਪਾ ਲੈਣੇ ਉਹਨਾਂ ਵਾਸਤੇ ਵੀ ਬਿਹਤਰੀਨ ਇੱਕ ਨਹੀਂ ਕੱਟਿਆਂ ਵਾਸਤੇ ਵੱਛਿਆਂ ਵਾਸਤੇ ਲਿਆਰੀਆਂ ਵਾਸਤੇ ਲਿਆਰੀਆਂ ਨੂੰ ਪਾਉਣਾ ਹੈ ਜਿਵੇਂ ਤੁਸੀਂ ਖਲ ਪਾ ਰਹੇ ਜੀ ਬਾਕੀ ਕੱਟੇ ਵੱਛੇ ਜਿੰਨੇ ਜਿਹੜੇ ਵੀ ਨੇ ਉਹਨਾਂ ਤੁਸੀਂ ਜਿੰਨਾ ਉਹ ਖਾਲ ਹੈ ਤੇ ਜਿਹੜੇ ਬਾਈ ਅਗਰ ਆਲਮਾਂ ਦਾ ਰਾਸ਼ਨ ਦੇ ਵਾਲੇ ਨਾਲ ਕਾਰੋਬਾਰ ਕਰਨਾ ਚਾਹੁੰਦੇ ਨੇ ਸਟਾਕ ਵਾਲਾ ਉਹਦੀ ਵੀ ਸਹੂਲਤ ਤੁਹਾਡੇ ਕੋਲ ਮੌਜੂਦ ਹੈਗੀ ਕਿ ਨਹੀਂ ਉਹਦੀ ਵੀ ਸਹੂਲਤ ਆਪਾਂ ਤਾਂ ਉਹਨਾਂ ਦੀ ਵੀ ਸਹੂਲਤ ਦਿਆਂਗੇ ਜਿਹੜਾ ਅਗਰ ਪਲਾਂਟ ਤੇ ਮਾਲ ਖਰੀਦ ਕੇ ਬਾਹਰ ਸਪੋਰਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਪੂਰਾ ਨਾ ਪੈਂਦਾ ਉਹਨਾਂ ਨਾਲ ਸਪੋਰਟ ਕਰਾਂਗੇ ਨਹੀਂ ਐਕਸਪੋਰਟ ਵੀ ਕਰਵਾ ਦਿਓ ਅਗਰ ਕੋਈ ਪਲਾਂਟ ਸਟੋਰ ਦੇ ਆਲੂ ਸਟੋਰ ਵੀ ਕਰਾਉਣਾ ਚਾਹੁੰਦਾ ਸਟੋਰ ਵੀ ਕਰਵਾ ਦਿਓ ਸਟੋਰ ਵੀ ਕਰਵਾ ਦਿਆਂਗੇ ਇੱਥੇ ਆਵਣ ਆਪਦਾ ਮਾਲ ਖਰੀਦਣ ਸਟੋਰ ਮੇਰੇ ਕੋਲ ਹੀ ਨਜ਼ਦੀਕ ਹੀ ਹੈ ਉੱਥੇ ਆਪਦਾ ਮਾਲ ਸਟੋਰ ਕਰਨ ਜਿਲ੍ਹੇ ਉਹਨਾਂ ਜਾਣਾ
ਉਹ ਸਟੋਰ ਦੀਆਂ ਪਰਚੀਆਂ ਨਾਲ ਲੈ ਲੈਣ, ਮੁਨਸ਼ੀ ਨਾਲ ਉਹਨਾਂ ਦਾ ਰਾਬਤਾ ਹੋਏਗਾ ਵੀ ਜਦੋਂ ਉਹ ਮੁਨਸ਼ੀ ਨੂੰ ਆਖਣ ਲੈਂਦੇ ਅਸੀਂ ਸੇਲ ਕਰਨਾ ਹੈ, ਉਹ ਮੁਨਸ਼ੀ ਇੱਥੇ ਵਪਾਰੀ ਸਟੋਰਾਂ 'ਤੇ ਅਕਸਰ ਆਉਂਦੇ ਜਾਂਦੇ ਨੇ, ਉਹ ਮੁਨਸ਼ੀ ਉਹਨਾਂ ਨੂੰ ਦੱਸੇ ਦੱਸਦਾ ਰਹਿੰਦਾ ਵੀ ਅੱਜ ਤੁਹਾਡੇ ਮਾਲ ਦਾ ਆਹ ਰੇਟ ਲੱਗਿਆ, ਅੱਜ ਤੁਹਾਡੇ ਮਾਲ ਦਾ ਆਹ ਰੇਟ ਲੱਗਿਆ, ਜਿੰਨੀ ਚਿਰ ਉਹ ਇਜਾਜ਼ਤ ਨਾ ਦੇਣਦੇ ਉਨੀ ਦੇਰ ਉਹ ਸੇਲ ਨਹੀਂ ਹੋਏਗਾ। ਇਹ ਆਮ ਫਾਰਮਰ ਨੂੰ ਇੱਕ ਕੰਮ ਕਰ, ਆਲੂ ਪਾਣੇ ਚਾਹੀਦੇ ਕਿ ਨਹੀਂ ਗੋਲੀ? ਆਲੂ ਪਾਣੇ ਚਾਹੀਦੇ ਨੇ ਜੀ ਭਾਈ, ਜੇ ਪੱਠੇ ਨਾਲੋਂ, ਤੂੜੀ ਨਾਲੋਂ, ਸੈਲੇ ਨਾਲੋਂ ਸਸਤੀ ਹੈ। ਠੀਕ ਹੋ ਗਿਆ, ਇਹਦਾ ਵੰਡੇ ਨਾਲੋਂ ਜ਼ਿਆਦਾ ਗਰੋਹ ਦੇ ਤੇ ਇਹਨਾਂ ਚੀਜ਼ਾਂ ਨਾਲੋਂ ਸਸਤਾ। ਬਿਲਕੁਲ ਤਜਰਬਾ ਕਾਮਯਾਬ ਕੀਤਾ ਵੀ ਹੋਇਆ ਆਪਾਂ। ਹਾਂਜੀ ਇਨਸ਼ਾਅੱਲਾ, ਮੈਂ ਖੁਦ ਕੀਤਾ ਹੋਇਆ, ਮੈਂ ਹੁਣ ਬੱਚਿਆਂ ਦਾ ਵੀ ਕਾਰੋਬਾਰ ਕਰ ਰਿਹਾ ਤੇ ਤਜਰਬਾ ਵੀ ਆਪਾਂ ਖੁਦ ਕੀਤਾ ਹੋਇਆ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਇਰਫਾਨ ਭਾਈ। ਅਗਰ ਆਪਕੋ ਮਾਰੀ ਵੀਡੀਓ ਅੱਛੀ ਲੱਗੀ, ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ, ਮਿਲਤੇ ਹੈ ਸਰ ਕੇ ਇੱਕ ਔਰ ਵੀਡੀਓ ਮੇਂ, ਤਬ ਤੱਕ ਲਈ ਆਪਣੀ ਮੇਜ਼ਬਾਨ ਮੁਸੱਈਬ ਬਲੋਚ ਕੋ ਇਜਾਜ਼ਤ ਦੀਜੀਏ, ਅੱਲਾਹ ਹਾਫਿਜ਼।